ਉਹ ਮੈਂ ਭਾਜੀ ਉੱਥੋਂ ਫਿਰ ਨਸਿਆ ਕੁੜੀ ਦੇ ਭਰਾ ਵੀ ਤੇ ਕੁੜੀ ਦਾ ਪਿਓ ਵੀ ਮੇਰੇ ਪਿੱਛੇ ਅੱਛਾ ਮੈਂ ਝਾਤੀ ਮਾਰੀ ਮੇਰੇ ਮੋਰੀ ਚੜ ਆਏ ਮੈਂ ਬਾਬਾ ਜੀ ਦਰਖਤ ਬੜਾ ਵੱਡਾ ਸੀ ਦਰਖਤ ਦੇ ਉੱਤੋਂ ਦੀ ਮੈਂ ਛਾਲ ਮਾਰੀ ਤੇ ਅੱਗੇ ਕਾਰਪੇਟ ਰੋਡ ਸੀ ਕਾਰਪੇਟ ਰੋਡ ਦੇ ਉੱਤੇ ਜਾ ਮੈਂ ਡਿੱਗਿਆ ਅੱਛਾ ਉੱਤੇ ਹੀ ਨਾਲ ਹੀ ਪਰਾਡੋ ਗੱਡੀ ਦੀ ਇੱਕ ਬ੍ਰੇਕ ਵੱਜੀ ਤੇ ਮੈਂ ਵੇਖਿਆ ਗੱਡੀ ਦੇ ਵਿੱਚ ਬਾਬਾ ਜੀ ਇੱਕ ਬੜੀ ਕਟਕ ਜਵਾਨ ਕੁੜੀ ਬੈਠੀ ਅੱਛਾ ਉਸ ਮੈਨੂੰ ਪੁੱਛਿਆ ਵੀ ਬੰਦਾ ਤੇ ਤੂੰ ਸੋਹਣਾ ਹੈ ਤੇ ਕਿੱਥੇ ਰੋਡਾਂ ਦੇ ਧੱਕੇ ਖਾਂਦਾ ਫਿਰਦੇ ਆ ਮੈਂ ਉਹਨੂੰ ਆਖਿਆ ਤੂੰ ਮੇਰੀ ਜਾਨ ਬਚਾ ਬਾਕੀ ਗੱਲਾਂ ਤੈਨੂੰ ਮੈਂ ਬਾਅਦ ਚ ਦੱਸਾਂਗਾ ਮੈਨੂੰ ਗੱਡੀ ਦੇ ਵਿੱਚ ਬਾ ਅੱਛਾ ਉਹਨੇ ਬਾਬਾ ਜੀ ਮੈਨੂੰ ਗੱਡੀ ਦੇ ਵਿੱਚ ਬਾ ਲਿਆ ਉੱਥੇ ਉਹਨੂੰ ਮੈਂ ਆਪਣੀ ਸਾਰੀ ਗੱਲ ਸੁਣਾਈ ਅੱਛਾ ਉਹਨੇ ਆਖਿਆ ਕਿ ਮੈਂ ਲੰਡਨ ਦੀ ਰਹਿਣ ਵਾਲੀ ਆ ਤੇਰੀ ਜਾਨ ਨੂੰ ਇੱਥੇ ਖਤਰਾ ਸੋਹਣਿਆ ਤੇ ਤੇਰੇ ਜੇ ਹੀਰੇ ਬੰਦਿਆਂ ਨੂੰ ਬਚਾਉਣਾ ਬਹੁਤ ਜ਼ਰੂਰੀ ਏ ਅੱਛਾ ਤੇ ਤੂੰ ਮੇਰੇ ਨਾਲ ਚੱਲ ਬਾਹਰ ਅੱਛਾ ਮੈਂ ਕਿਹਾ ਠੀਕ ਏ ਉਤੋਂ ਸਿੱਧੀ ਉਹਨੇ ਗੱਡੀ ਘੁਮਾਈ ਏਅਰਪੋਰਟ ਤੇ ਜਾ ਕੇ ਉਸ ਮੇਰਾ ਵੀ ਵੀਜ਼ਾ ਲਵਾਇਆ ਆਪਣਾ ਵੀ ਲਵਾਇਆ ਅੱਛਾ ਤੇ ਭਾਜੀ ਜਹਾਜ਼ ਦੇ ਵਿੱਚ ਅੱਗੇ ਇੱਕ ਲੰਡਨ ਦੀ ਇੱਕ ਅੰਗਰੇਜ਼ ਨੀ ਗੋਰੀ ਬੈਠੀ ਸੀ ਅੱਛਾ ਉਹ ਗੋਰੀ ਨੇ ਮੈਨੂੰ ਵੇਖ ਲਿਆ ਉਹ ਗੋਰੀ ਵੇਖ ਕੇ ਮੈਨੂੰ ਕਹਿਣ ਲੱਗੀ ਵੀ ਤੂੰ ਮੈਨੂੰ ਪਸੰਦ ਆ ਗਿਆ ਅੱਛਾ ਹਾਂ ਉਹ ਭਾਜੀ ਗੋਰੀ ਕਹਿਣ ਲੱਗੀ ਮੈਨੂੰ ਤੂੰ ਪਸੰਦ ਆ ਗਿਆ ਤੇ ਤੂੰ ਮੇਰੇ ਨਾਲ ਚੱਲ ਉਹ ਪਰਾਡੋ ਗੱਡੀ ਵਾਲੀ ਉਹਦੇ ਨਾਲ ਲੜ ਪਈ ਉਹ ਦੋਵੇਂ ਆਪਸ ਜਹਾਜ਼ ਚ ਘੁਲ ਪਈਆਂ ਅੱਛਾ ਉਹ ਜਹਾਜ਼ ਕਦੇ ਇੰਜ ਨੂੰ ਡੋਲੇ ਖਾਵੇ ਕਦੇ ਇੰਜ ਨੂੰ ਖਾਵੇ ਉਹ ਕਵੇ ਇਹਨੂੰ ਮੈਂ ਲੈ ਕੇ ਜਾਣਾ ਉਹ ਕਵੇ ਮੈਂ ਲੈ ਕੇ ਜਾਣਾ ਜਹਾਜ਼ ਦੇ ਡਰਾਈਵਰ ਨੇ ਜਹਾਜ਼ ਹੀ ਥੱਲੇ ਲਾਤਾ ਉਹਨੇ ਕਿਹਾ ਪਹਿਲਾਂ ਤੁਸੀਂ ਲੜ ਲਓ ਨਾ ਤੇ ਫੇਰ ਫੈਸਲਾ ਉਹਨੇ ਕਿਹਾ ਫੇਰ ਮੈਂ ਜਹਾਜ਼ ਤੋੜਾਂਗਾ ਉਹ ਮੈਂ ਜਹਾਜ਼ ਵਾਲੇ ਨੂੰ ਸਮਝਾਇਆ ਮੈਂ ਕਿਹਾ ਯਾਰ ਇਹਨਾਂ ਨੂੰ ਦਫਾ ਕਰ ਤੂੰ ਜਹਾਜ਼ ਤੋੜ ਮੈਂ ਕਿਹਾ ਐਵੇਂ ਫੇਰ ਪਿੱਛੇ ਮੈਂ ਕਿਹਾ ਉਹ ਪਿਛਲੀ ਕੁੜੀ ਦੇ ਭਰਾ ਤੇ ਪਿਓ ਨਾ ਮੇਰੇ ਪਿੱਛੇ ਆ ਜਾਣ ਤੇ ਤੂੰ ਜਹਾਜ਼ ਤੇ ਤੋੜ ਰਿਹਾ ਜਹਾਜ਼ ਤੋੜਿਆ ਅੱਗੇ ਗੋਰੀ ਨੇ ਭਾਜੀ ਗੋਰੀ ਉਸ ਮੁਲਕ ਦੀ ਬੜੀ ਤਗੜੀ ਸੀ ਠੀਕ ਆ ਬੜਾ ਕਿੰਨੀਆਂ ਕੰਪਨੀਆਂ ਉਹਨੇ ਮੈਨੂੰ ਆਖਿਆ 10 ਕੰਪਨੀਆਂ ਮੈਂ ਤੇਰੇ ਨਾਂ ਕਰਾਵਾਂਗੀ ਬੰਦੇ ਅੱਗੇ ਪਿੱਛੇ ਹੋਣਗੇ ਸਿਰਫ ਤੂੰ ਮੇਰਾ ਹੋ ਜਾ ਅੱਛਾ ਮੇਰਾ ਵੀ ਅੰਦਰ ਆਉਣਾ ਗੋਰੀ ਨੂੰ ਵੇਖ ਕੇ ਦਿਲ ਡੋਲ ਗਿਆ ਅੱਛਾ ਉਹ ਭਾਜੀ ਮੈਂ ਉਹਨੂੰ ਆਖਿਆ ਮੈਂ ਗੋਰੀ ਨੂੰ ਅੱਕ ਮਾਰੀ ਮੈਂ ਠੀਕ ਆ ਮੈਂ ਤੇਰੇ ਨਾਲ ਆ ਅੱਛਾ ਅੱਗੇ 에ਅਰਪੋਰਟ ਤੇ ਜਾ ਕੇ ਨਾ ਗੋਰੀ ਨੇ ਫੋਨ ਕਰਤਾ ਭਾਜੀ 에ਅਰਪੋਰਟ ਉਹਨਾਂ ਦਾ ਗੋਰਿਆਂ ਦਾ ਭਰਿਆ ਪਿਆ ਸੀ ਮੇਰੇ ਇਸਤਕਬਾਲ ਵਾਸਤੇ ਹੈ ਅੱਛਾ ਜਦੋਂ ਜਹਾਜ਼ 에ਅਰਪੋਰਟ ਤੇ ਜਾ ਕੇ ਲੱਥਾ ਤੇ ਅੱਗੇ ਮੇਰੇ ਇਸਤਕਬਾਲ ਕਰਨ ਵਾਸਤੇ ਮੈਂ ਵਿੱਚੋਂ ਲੱਥਣ ਲੱਗਾ ਉਧਰੋਂ ਅੱਬੇ ਨੇ ਮੇਰੇ ਉੱਤੇ ਜੁੱਲਾ ਖਿੱਚਿਆ ਮੈਨੂੰ ਆਂਦਾ ਉੱਠ ਖੱਚਾ ਜਿਹਾ ਕਿਹੜਿਆਂ ਲੰਮਿਆਂ ਸੁਪਨਿਆਂ ਨੂੰ ਪਿਆ ਤੇ ਪੱਠੇ ਤੇਰੇ ਪਿਓ ਨੇ ਪਾਣੇ ਆ ਮੈਂ ਇਹਨੂੰ ਬਾਬਾ ਜੀ ਠਾ ਕੇ ਉਸ 2-3 ਲਿੱਤਰ ਮਾਰੇ ਸਾਰੇ ਕੀਤੀ ਕਰਾਈ ਸਾਰੇ ਸੁਪਨੇ ਦਾ ਬੇੜਾ ਹੀ ਗਰਕ ਕਰ ਛੱਡਿਆ।